ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬੰਦੇ, ਜੁਗਾਂ ਤੋਂ ਕਾਫਲੇ ਆਉਂਦੇ ਮੇਰੇ ਸੱਚ ਦੇ ਗਵਾਹ ਬੰਦੇ, ਜੋ ਲੋ ਮੱਥੇ ਚ ਫੁੱਟਦੀ ਹੈ ਉਹ ਸਿਰ ਦਾ ਤਾਜ ਹੁੰਦੀ ਹੈ, ਤਵੀ ਦੇ ਤਖ਼ਤ ਤੇ ਬਹਿ ਕੇ ਨੇ ਸੱਚੇ ਪਾਤਸ਼ਾਹ ਬੰਦੇ। ਆਪ ਸਭ ਦਾ ਅੱਜ ਇਸ ਮੁਬਾਰਕ ਮੌਕੇ ਤੇ ਐਡਮਿੰਟਨ ਖਾਲਸਾ ਸਕੂਲ ਪ੍ਰਬੰਧਕ ਕਮੇਟੀ, ਪ੍ਰਿੰਸੀਪਲ, ਸਟਾਫ ਤੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਜਾ ਰਹੇ ਸਪਰਿੰਗ ਕੌਂਸਲਟ ਵਿੱਚ ਸਵਾਗਤ ਹੈ ਜੀ। ਇਹ ਪ੍ਰੋਗਰਾਮ ਬੱਚਿਆਂ ਨੂੰ ਆਪਣੀ ਬੋਲੀ ਨਾਲ, ਆਪਣੇ ਸੱਭਿਆਚਾਰ ਨਾਲ, ਆਪਣੇ ਇਤਿਹਾਸ ਨਾਲ ਜੋੜੀ ਰੱਖਣ ਵਾਸਤੇ ਕਰਵਾਇਆ ਜਾਂਦਾ ਹੈ, ਕਿਉਂਕਿ ਕਿਤੇ ਆਪਣੇ ਪਿਛੋਕੜ ਨੂੰ ਭੁੱਲ ਹੀ ਨਾ ਜਾਣ। ਘੱਗਰੇ ਵੀ ਗਏ, ਫੁਲਕਾਰੀਆਂ ਵੀ ਗਈਆਂ, ਏਦਾਂ ਲੱਗਦੀ ਹੋ ਜਾਵੇ। ਸੋ ਇਹਨਾਂ ਨੂੰ ਬੋਲੀ ਦੀ ਸਮਝ ਲੱਗ ਜਾਵੇ, ਇਹਨਾਂ ਨੂੰ ਸੁਰ ਤੇ ਤਾਲ ਮਿਲਾਉਣੇ ਆ ਜਾਣ, ਇਹ ਇਬਾਦਤ ਵੱਲ ਤੁਰ ਪੈਂਦੇ, ਕਿਉਂਕਿ ਇਹਨਾਂ ਨੇ ਜ਼ਿੰਦਗੀ ਦੀ ਵੱਡੀ ਸਟੇਜ ਤੇ ਜਾਣਾ ਹੈ, ਇੱਥੋਂ ਸਿੱਖੇ ਇਹਨਾਂ ਨੇ ਵੱਡੇ ਵੱਡੇ ਕਲਾਕਾਰ ਬਣਨਾ ਹੈ, ਇਹਨਾਂ ਨੇ ਵੱਡੇ ਵੱਡੇ ਸਿੰਗਰ ਬਣਨਾ ਹੈ, ਵੱਡੇ ਵੱਡੇ ਬੁਲਾਰੇ ਬਣਨਾ ਹੈ, ਡਾਕਟਰ ਬਣਨਾ ਹੈ ਇਹਨਾਂ ਨੇ, ਇੰਜੀਨੀਅਰ ਬਣਨਾ ਹੈ, ਇੱਥੋਂ ਦੇ ਪੋਲੀਟੀਸ਼ੀਅਨ ਬਣਨਾ ਹੈ, ਵਾਕ ਟੋਰ ਆਪਣੇ ਹੱਥਾਂ ਵਿੱਚ ਇਹਨਾਂ ਨੇ ਸਾਂਭਣੀ ਹੈ। ਪਰ ਟ੍ਰੇਨਿੰਗ ਕਿੱਥੋਂ ਹੁੰਦੀ ਹੈ ਜੀ? ਟ੍ਰੇਨਿੰਗ ਤਾਂ ਹੁੰਦੀ ਹੈ ਇਹਨਾਂ ਸਕੂਲਾਂ ਤੋਂ। ਸੋ ਇਹਨਾਂ ਵੱਡੇ ਹੋ ਕੇ ਦੌਲਤਾਂ ਹਾਸਲ ਕਰਨੀਆਂ ਹਨ, ਇਹਨਾਂ ਸ਼ੌਹਰਤਾਂ ਹਾਸਲ ਕਰਨੀਆਂ ਹਨ, ਇਹਨਾਂ ਮਸ਼ਹੂਰੀਆਂ ਹਾਸਲ ਕਰਨੀਆਂ ਹਨ, ਪਰ ਫਿਰ ਵੀ ਸਾਡਾ ਇਹ ਯਤਨ ਹੈ ਕਿ ਅਸੀਂ ਆਪਣੇ ਪੰਜਾਬ, ਆਪਣੇ ਪੰਜਾਬੀ ਅਤੇ ਆਪਣੀ ਪੰਜਾਬੀਅਤ ਦਾ ਝੰਡਾ ਬੁਲੰਦ ਰੱਖੀਏ। ਅੱਖਰਾਂ ਵਿੱਚ ਸਮੁੰਦਰ ਰੱਖਾਂ ਅਤੇ ਮੈਂ ਇਕਬਾਲ ਪੰਜਾਬੀ ਦਾ ਚੱਖੜਾਂ ਦੇ ਵਿੱਚ ਰੱਖ ਦਿੱਤਾ ਹੈ ਦੀਵਾ ਬਾਲ ਪੰਜਾਬੀ ਦਾ, ਜੋ ਆਖਣੇ ਵਿੱਚ ਪੰਜਾਬੀ ਵਕਤ ਨਹੀਂ ਤਹਿਜ਼ੀਬ ਨਹੀਂ, ਪੜ੍ਹ ਕੇ ਵੇਖਣ ਵਾਰਸ ਬੁੱਲਾ ਲਾਲ ਪੰਜਾਬੀ ਦਾ। ਸੋ ਅੱਜ ਦਾ ਇਸ ਪ੍ਰੋਗਰਾਮ ਦਾ ਨਿੱਘਾ ਆਗਾਜ਼ ਅਸੀਂ ਕਰਦੇ ਹਾਂ ਜੀ ਗ੍ਰੇਟ ਥ੍ਰੀ ਦੀਆਂ ਗਰਲਸ ਐਵੇਂ ਕੱਲੂ ਪਾਈ ਹੀਰੇ ਝਾਜਰਾਂ, ਜੇ ਤੂੰ ਆਣ ਕੇ ਗਿੱਧੇ ਦੇ ਵਿੱਚ ਨੱਚਣਾ ਹੀ ਨਹੀਂ, ਦੂਰ ਖੜੀ ਪਾਈ ਜਾਵੇ ਬੋਲੀਆਂ, ਜਿੱਦਾਂ ਤੇਰੇ ਤੋਂ ਬਗੈਰ ਕਿਤੇ ਜਚਣਾ ਹੀ ਨਹੀਂ। ਗ੍ਰੇਟ